ਰਾਜਾ ਵੜਿੰਗ ਉਹਨਾਂ ਦੀ ਪਤਨੀ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲ ਹੋਈ ਹੈ ਔਰ ਅਰਸ਼ਦੀਪ ਕਲੇਰ ਅਕਾਲੀ ਦਲ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ। ਕਲੇਰ ਸਾਹਿਬ, ਕੀ ਸ਼ਿਕਾਇਤ ਹੈਗਾ ਹੈ ਔਰ ਕੀ ਮੰਗ ਕੀਤੀ ਜਾ ਰਹੀ ਹੈ ਕਿ ਪਰਚਾ ਦਰਜ ਹੋਵੇ, ਕਿਸ ਤਰੀਕੇ ਦੀ ਕਾਰਵਾਈ ਹੋਵੇ? ਦੇਖੋ, ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਚੀਫ ਇਲੈਕਟੋਰਲ ਸਾਹਿਬ ਕੋਲ ਪਹੁੰਚ ਕੀਤੀ ਹੈ। ਵਿਸ਼ਾ ਹੈ ਕਿ ਜਿਹੜੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ, ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅੰਮ੍ਰਿਤਾ ਵੜਿੰਗ, ਕੱਲ੍ਹ ਉਹ ਬਠਿੰਡੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਉਹ ਕਹਿੰਦੇ ਜੀ ਇਹ ਪੰਜੇ ਨੂੰ ਵੋਟ ਪਾਓ, ਇਹ ਕਾਂਗਰਸ ਦਾ ਜਿਹੜਾ ਪੰਜਾ ਹੈ ਬਾਬੇ ਨਾਨਕ ਦਾ ਪੰਜਾ, ਇਹ ਗੁਰੂ ਸਾਹਿਬ ਦੀਆਂ ਫੋਟੋਆਂ ਦੇ ਵਿੱਚ ਜਿਹੜਾ ਹੁੰਦਾ ਸਾਰਿਆਂ ਦੀ 'ਚ ਉਹ ਪੰਜਾ ਇਹ। ਤਾਂ ਮੈਂ ਭੈਣ ਜੀ ਹਰਸਿਮਰਤ, ਉਹਨਾਂ ਨੇ ਮੈਨੂੰ ਕੱਲ੍ਹ ਕਿਹਾ ਕਿ ਇਹ ਵੀਡੀਓ ਉਹਨਾਂ ਵੱਲੋਂ ਆਈ, ਜਦੋਂ ਮੈਂ ਦੇਖਿਆ ਤਾਂ ਵਾਕਈ ਇਹ ਜਿਹੜੀ ਵੀਡੀਓ ਹੈਗੀ ਹੈ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਔਰ ਉਸ ਤੋਂ ਬਾਅਦ ਤਾਂ ਇਹ ਟੀਵੀ 'ਤੇ ਵਾਇਰਲ ਹੋ ਗਈ ਸਾਰੇ ਕਿਤੇ। ਸੋ ਕਿਤੇ ਨਾ ਕਿਤੇ ਮੈਂ ਅੰਮ੍ਰਿਤਾ ਵੜਿੰਗ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੇ ਨਿੱਜੀ ਮੁਫਾਦਾਂ ਕਰਕੇ, ਆਪਣੀ ਫਰਸਟ੍ਰੇਸ਼ਨ ਕਰਕੇ ਐਡਾ ਨੀਚੇ ਵੀ ਨਾ ਡਿੱਗ ਜਾਓ ਕਿ ਤੁਸੀਂ ਬਾਬਾ ਨਾਨਕ ਦੀ ਤੁਲਨਾ ਜਾਂ ਉਹ ਪੰਜੇ ਦੀ ਤੁਲਨਾ ਕਾਂਗਰਸ ਦੇ ਖੂਨੀ ਪੰਜੇ ਨਾਲ ਕਰ ਦਿਓ। ਉਹ ਕਾਂਗਰਸ ਦਾ ਖੂਨੀ ਪੰਜਾ ਜਿਹਨੇ ਆਪਣੇ ਨਿੱਜੀ ਮੁਫਾਦਾਂ ਕਰਕੇ, ਕੁਰਸੀ ਕਰਕੇ ਦੇਸ਼ ਦੀ ਵੰਡ ਕਰਾਤੀ, ਦੇਸ਼ ਦੇ ਵਿੱਚ ਐਮਰਜੈਂਸੀ ਲਾ ਕੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਤਾ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ, ਸਿੱਖ ਨਸਲਕੁਸ਼ੀ ਕਰਤੀ। ਸੋ ਅਸੀਂ ਬੇਨਤੀ ਕੀਤੀ ਹੈ ਚੀਫ ਇਲੈਕਟੋਰਲ ਅਫਸਰ ਪੰਜਾਬ ਸਾਹਿਬ ਨੂੰ ਕਿ ਤੁਰੰਤ ਇਹਦੇ 'ਤੇ ਕਾਰਵਾਈ ਕੀਤੀ ਜਾਵੇ, ਪਰਚਾ ਦਰਜ ਹੋਣਾ ਚਾਹੀਦਾ, ਪਰਚਾ ਦਰਜ ਹੋ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ। ਇਹ ਸ਼ਿਕਾਇਤ ਕਿਉਂਕਿ ਜਥੇਦਾਰ ਉਹਨਾਂ ਸਾਹਿਬ ਤੱਕ ਵੀ ਗਈ ਹੈ, ਅਕਾਲ ਤਖਤ ਸਾਹਿਬ ਤੱਕ ਵੀ, ਇਹ ਕਿੰਨੇ ਟਾਈਮ 'ਚ ਤੁਸੀਂ ਮੰਨਦੇ ਹੋ ਕਿ ਜੇ 72 ਘੰਟੇ 'ਚ ਕਾਰਵਾਈ ਇਲੈਕਸ਼ਨ ਕਮਿਸ਼ਨ ਨੇ ਨਹੀਂ ਕੀਤੀ ਤਾਂ ਫਿਰ ਅਕਾਲੀ ਦਲ ਕੀ ਕਰੇਗਾ? ਨਹੀਂ ਦੇਖੋ, ਸਭ ਤੋਂ ਪਹਿਲਾਂ ਤਾਂ ਮੈਨੂੰ ਪੂਰਨ ਵਿਸ਼ਵਾਸ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਇੱਕ ਸਾਂਝਾ ਪਲੇਟਫਾਰਮ ਹੈ, ਇਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਫਰੀ ਅਤੇ ਫੇਅਰ ਇਲੈਕਸ਼ਨ ਸਟੇਟ ਦੇ ਵਿੱਚ ਕਰਾਉਣਾ। ਸੋ 72 ਘੰਟੇ ਇਹਨਾਂ ਦਾ ਆਪਣਾ ਟਾਈਮ ਫਰੇਮਵਰਕ ਹੈ ਔਰ ਉਹਦੇ 'ਚ ਸਾਨੂੰ ਪੂਰੀ ਉਮੀਦ ਹੈ ਕਿ ਇਨਸਾਫ਼ ਹੋਏਗਾ, ਜੇ ਨਹੀਂ ਹੋਏਗਾ ਤਾਂ ਫਿਰ ਅਗਲੀ ਕਾਰਵਾਈ। ਮਾਫ਼ੀ ਮੰਗੀ ਅੰਮ੍ਰਿਤਾ ਵੜਿੰਗ ਨੇ, ਉਹ ਕਹਿੰਦੇ ਕਿ ਭੁੱਲ ਹੋਈ ਹੈ। ਦੇਖੋ, ਇਸ ਤਰੀਕੇ ਤੁਸੀਂ ਇੰਟੈਂਸ਼ਨਲੀ ਖੜ੍ਹੇ ਹੋ ਕੇ 5 ਮਿੰਟ ਦਾ ਭਾਸ਼ਣ ਦੇ ਦਿਓ ਤਾਂ ਇਹ ਗਲਤੀ ਨਹੀਂ ਹੈਗੀ, ਇਹ ਜਾਣ ਬੁੱਝ ਕੇ ਕੀਤਾ ਗਿਆ। ਸੋ ਔਰ ਐਸਾ ਘਿਨਾਉਣਾ ਕੰਮ ਜਿਹਨੇ ਲੋਕਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ, ਹੁਣ ਇਹਦੀ ਮਾਫ਼ੀ ਨਹੀਂ ਹੁੰਦੀ, ਇਹਦੀ ਸਜ਼ਾ ਹੁੰਦੀ। ਰਾਜਾ ਵੜਿੰਗ ਨੂੰ ਵੀ ਚਾਹੀਦਾ ਕਿ ਉਹ ਮਾਫ਼ੀ ਮੰਗਣ ਕਿਉਂਕਿ ਉਹ ਤਾਂ ਨਵੇਂ ਤੌਰ 'ਤੇ ਉਹਨਾਂ ਨੇ ਸਿੱਖੀ ਸਰੂਪ ਇਸੇ ਕਰਕੇ ਗਿਆ ਕਿ ਪ੍ਰਭਾਵਿਤ ਆ। ਦੇਖੋ, ਰਾਜਾ ਵੜਿੰਗ ਸਾਹਿਬ ਤਾਂ ਉਹ ਸ਼ਖਸ ਨੇ ਜਿਹੜੇ ਇੰਦਰਾ ਗਾਂਧੀ ਦੀ ਟੀ ਸ਼ਰਟ ਪਾ ਕੇ ਘੁੰਮਦੇ ਨੇ ਕਿ ਮਾਂ ਤੁਝੇ ਸਲਾਮ, ਉਹ ਇੰਦਰਾ ਗਾਂਧੀ ਜਿਹਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਾਇਆ, ਐਮਰਜੈਂਸੀ ਲਵਾਈ, ਸਿੱਖ ਨਸਲਕੁਸ਼ੀ ਉਹਨਾਂ ਕਰਕੇ ਹੋਈ। ਸੋ ਰਾਜਾ ਵੜਿੰਗ ਸਾਹਿਬ ਤੋਂ ਤਾਂ ਸਿੱਖਾਂ ਨੂੰ ਕੋਈ ਵੈਸੇ ਵੀ ਬਾਹਲੀ ਉਮੀਦ ਹੈ ਨਹੀਂ। ਅਰਸ਼ਦੀਪ ਕਲੇਰ ਹੋਣੀ ਗੱਲਬਾਤ ਕਰ ਰਹੇ ਸੀ, ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਔਰ ਪਰਚਾ ਦਰਜ ਹੋਵੇ 295A ਤਹਿਤ, ਨਾਲ ਹੀ ਮਾਫ਼ੀ ਜਿਹੜੀ ਹੈ ਉਹ ਵੀ ਮਨਜ਼ੂਰ ਨਹੀਂ ਹੈ ਜੋ ਅੰਮ੍ਰਿਤਾ ਵੜਿੰਗ ਵੱਲੋਂ ਮੰਗੀ ਗਈ ਹੈ ਔਰ ਇਹ ਕਾਰਵਾਈ ਦੀ ਮੰਗ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ। ਕੈਮਰਾਮੈਨ ਗਿਰੀਸ਼ ਕੁਮਾਰ ਦੇ ਨਾਲ ਅਮਨ ਭਾਰਦਵਾਜ, ਪੰਜਾਬ ਤੱਕ, ਚੰਡੀਗੜ੍ਹ।